ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਫਤਿਹ ਨੂੰ ਚੈਨਲ। ਅੱਜ ਅਸੀਂ ਪਹੁੰਚੇ ਹਾਂ ਪਿੰਡ ਹਰਮੋਇਆ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ, ਜਿੱਥੇ ਕਿ ਰੋਜ਼ਾ ਪੀਰ ਮੀਆਂ ਹਸਨ ਮੁਹੰਮਦ ਜੀ ਦੇ ਸਥਾਨ 'ਤੇ ਸਮੂਹ ਨਗਰ ਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੀਆਂ ਵੱਖ ਵੱਖ ਸੁਸਾਇਟੀਆਂ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਡਾਕਟਰ ਸੂਰਤ ਸਿੰਘ ਹਰਮੋਇਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ 152 ਨੌਜਵਾਨਾਂ ਨੇ ਸਵੈ ਇੱਛਾ ਨਾਲ ਖੂਨਦਾਨ ਕੀਤਾ। ਉਹਨਾਂ ਕਿਹਾ ਹੈ ਕਿ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਮੈਂ ਹਰਵਿੰਦਰ ਸਿੰਘ ਭੁੰਗਨੀ, ਫਤਿਹ ਨਿਊਜ਼ ਚੈਨਲ, ਮੇਟਿਆਣਾ ਸ਼ਹਿਰ। ਜਿੰਨੀ ਵੀ ਸਾਧ ਸੰਗਤ ਹੈ, ਸੰਤ ਬਾਬਾ ਫਤਿਹ ਸਿੰਘ ਵੈਲਫੇਅਰ ਸੁਸਾਇਟੀ ਅਤੇ ਪੰਥ ਮਾਤਾ ਸਾਹਿਬ ਕੌਰ ਜੀ ਸੁਸਾਇਟੀ ਅਤੇ ਹੋਰ ਸਾਂਝੀਆਂ ਸੁਸਾਇਟੀਆਂ ਵੱਲੋਂ ਇੱਕ ਪਹਿਲਾ ਖੂਨਦਾਨ ਕੈਂਪ ਜੋ ਇਸ ਜਗ੍ਹਾ ਦੀ ਸਾਲਾਨਾ ਬਰਸੀ ਦੇ ਉੱਤੇ ਲਗਾਇਆ ਗਿਆ ਅਤੇ ਪਹੁੰਚਣ ਵਾਲੇ ਜਿੰਨੇ ਵੀ ਬਲੱਡ ਡੋਨਰ ਹੈ, ਜਿੰਨੀਆਂ ਵੀ ਸੁਸਾਇਟੀਆਂ, ਉੱਘੀਆਂ ਸ਼ਖਸੀਅਤਾਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਹਰਮੋਇਆ ਵਿਖੇ ਜੋ ਖੂਨਦਾਨ ਕੈਂਪ ਮੀਆਂ ਹਸਨ ਜੀ ਮੁਹੰਮਦ ਜੀ ਦੇ ਦਰਬਾਰ ਉੱਤੇ ਲਗਾਇਆ ਗਿਆ, ਉਹਦੇ ਵਿੱਚ ਜੋ ਇਲਾਕਾ ਨਿਵਾਸੀ ਔਰ ਪਿੰਡ ਵਾਸੀਆਂ ਦਾ ਸਹਿਯੋਗ ਆ, ਉਹ ਬਹੁਤ ਹੀ ਸ਼ਲਾਘਾਯੋਗ ਆ ਔਰ ਭਾਰੀ ਗਿਣਤੀ ਵਿੱਚ ਲੋਕਾਂ ਦਾ ਆਉਂਦਾ ਇੱਥੇ ਆਉਣ 'ਤੇ ਸਵਾਗਤ ਕਰਦੇ ਹਾਂ ਔਰ ਆਪਾਂ ਚਾਹੁੰਦੇ ਹਾਂ ਕਿ ਇੱਦਾਂ ਦੇ ਕੈਂਪ ਹਰੇਕ ਪਿੰਡਾਂ 'ਚ ਆਯੋਜਿਤ ਕਰਨ। ਪੰਥ ਮਾਤਾ ਸਾਹਿਬ ਕੌਰ ਜੀ ਔਰ ਸ਼ਹੀਦ ਬਾਬਾ ਮਤੀ ਜੀ ਹੋਣੀ ਜੋ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਆ, ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜਿੱਥੇ ਪਿੰਡਾਂ ਵਿੱਚ ਕੈਂਪ ਲਾਉਣਗੇ ਉਹਨਾਂ ਵਿੱਚ ਆਪਾਂ ਸਹਾਇਤਾ ਕਰਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਪਿੰਡ ਵਿੱਚ ਕਿਰਮੀਆਂ ਸਰਮਸ਼ਾਹੀ ਦਰਬਾਰ 'ਤੇ ਪਹਿਲਾ ਬਲੱਡ ਕੈਂਪ ਚਲਾਇਆ ਜਾ ਰਿਹਾ ਆ ਅਤੇ ਜਿਸ ਵਿੱਚ ਸਾਨੂੰ ਬਹੁਤ ਹੀ ਭਰਮਾ ਹੁੰਗਾਰਾ ਮਿਲ ਰਿਹਾ ਹੈ। ਬਲੱਡ ਕੈਂਪ ਲਾਉਣ ਦੇ ਵਿੱਚ ਸਾਨੂੰ ਇਲਾਕੇ ਦੀਆਂ ਸਾਰੀਆਂ ਸੁਸਾਇਟੀਆਂ ਨੇ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਹੈ, ਜਿਸ ਵਿੱਚ ਸਾਡੇ ਨਾਲ ਦੇ ਪਿੰਡ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਸਪੋਰਟਸ ਕਲੱਬ ਵੱਲੋਂ ਵਿਸ਼ੇਸ਼ ਸਹਿਯੋਗ ਆ ਜੀ। ਅਸੀਂ ਇਹਨਾਂ ਦਾ ਤਹਿ ਦਿਲ ਦੀ ਕਰਾਈਆਂ ਤੋਂ ਬਹੁਤ ਬਹੁਤ ਜ਼ਿਆਦਾ ਧੰਨਵਾਦੀ ਹਾਂ ਜੀ ਅਤੇ ਬਹੁਤ ਜ਼ਿਆਦਾ ਸਹਿਯੋਗ ਸਾਨੂੰ ਦੇਖਣ ਮਿਲ ਰਿਹਾ ਹੈ। ਅੱਜ ਕੱਲ੍ਹ ਦੇ ਨੌਜਵਾਨ ਜੋ ਕਿ ਨਸ਼ਿਆਂ ਵੱਲ ਨੂੰ ਜ਼ਿਆਦਾ ਗਰੇਜ ਕਰ ਰਹੇ ਹਨ, ਉਹਨਾਂ ਲਈ ਉਹਨਾਂ ਨੂੰ ਵਾਪਸ ਮੋੜਨ ਲਈ ਇੱਦਾਂ ਦੇ ਉਪਰਾਲੇ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਹਨ ਅਤੇ ਸੋ ਸਾਰੇ ਨੌਜਵਾਨਾਂ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਬਲੱਡ ਡੋਨੇਟ ਕੀਤਾ ਜਾਵੇ ਅਤੇ ਲੋੜਵੰਦਾਂ ਦੀ ਜਾਨ ਬਚਾਈ ਜਾ ਸਕੇ। ਅਤੇ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਜਿੰਨੇ ਵੀ ਨੌਜਵਾਨ ਵੀਰ ਪਹੁੰਚੇ ਆ, ਜਿੰਨੇ ਵੀ ਪਹੁੰਚ ਰਹੇ ਆ, ਉਹਨਾਂ ਦਾ ਤਹਿ ਦਿਲ ਦੀਆਂ ਕਰਾਈਆਂ ਤੋਂ ਸਾਡਾ ਦੂਨੇ ਨਗਰ ਇਲਾਕੇ ਦੀਆਂ ਸਾਰੀਆਂ ਸੁਸਾਇਟੀਆਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।